एक ना पंजाबी च कम करन वालियां नूं शायद थोड़ा जिहा इह भी है भी थोड़ा कम करके भी बहुता दिखाया जावे, इह भी है। ते एक इह भी है भी जो असीं कम करता उहनूं कोई दूजा ना छेड़े। उहदे नाल इह है भी उहनां दी अपदी तां तसल्ली हो जांदी है जी। पर जिहड़ा पाठक है जां जिहड़ा भी कोई विद्वान है जां जिहड़ा भी कोई खोजी है उहनूं उहदी बड़ी तकलीफ हुंदी है, औखा होंगे। तो वैबसाइट वाले की करते हैं, वो तो 100 बारी गेड़े मरवाए जाएंगे, तुम एक दे गए फिर दूजी दे गए फिर तीजी दे गए। असं इस तरह नहीं किया, साडा यह भी 100 कवितावान का इंडैक्स बनाता, ठीक है। तुम जे कोई कविता पढ़नी है वो चो तो फिर तुम उस इंडैक्स से जा मान लो किसी भी तुम क्लिक करोगे तो उस कविता गज़ल से जो भी है जाओगे। साड़ी समस्या एक पुत्र सब तो वड्डी गल ये है भी जिहड़ी सब तो वड्डी समस्या साड़ी, असी ना थोड़ा पढ़ के विद्वान बन जाते हैं जी। हुण गुरु ग्रंथ साहिब की आप गल करते हैं, किन्ने लोग ने जिन्होंने गुरु ग्रंथ साहिब पढ़े वो की करते हैं, थोड़ा पढ़ के फिर उहदे ते गल्लां। एक साढ़े का जिहड़ा चल गया इहनूं डेरावाद कह लो जां जो मर्जी ला लो, कहानियां असी शब्दां दे नाल कहानियां ला लईआं। अजे आउंदा कईआं दा आउंदा भी तुसीं ना ਜਿਵੇਂ ਹੁਣ ਰਵਿਦਾਸ ਜੀ ਦੇ ਕੰਮ ਕੀਤੇ, ਤੁਸੀਂ ਉਹਨਾਂ ਨੂੰ ਜੀ ਭਗਤ ਕਿਉਂ ਲਿਖਿਆ ਗੁਰੂ ਨੇ ਲਿਖਿਆ, ਹੁਣ ਇਹਨਾਂ ਕੀ ਚੀਜ਼ਾਂ ਦੇ ਕੀ ਜਵਾਬ ਨੇ? ਮੈਂ ਜਿਹੜਾ ਜੋ ਗੁਰੂ ਗ੍ਰੰਥ ਸਾਹਿਬ 'ਚ ਆ ਗਈ ਜਿਹੜਾ ਸਿੱਖ ਨੂੰ ਮੰਨਦਾ, ਮੈਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਸਿੱਖ ਹੈ ਉਹ ਫਿਰ ਉਹਨੂੰ ਗੁਰੂ ਹੀ ਨੇ ਸਾਰਿਆਂ ਦੇ। ਉਹ ਸਾਬਤ ਕਦੀਮੀ ਨਾਲ ਜਿਹੜੇ ਰਹਿਣ ਤੁਰਦੇ ਨਵੇਂ ਰਾਹ ਉਹ ਰਾਹੀ ਬਣਾ ਜਾਂਦੇ, ਜਿਹੜੇ ਆਪਣੀ ਤ੍ਰੇਹ ਦੀ ਨਹੀਂ ਪਰਵਾਹ ਕਰਦੇ ਉਹ ਪੱਥਰਾਂ ਵਿੱਚੋਂ ਪਾਣੀ ਵੀ ਵਗਾ ਜਾਂਦੇ। ਸਤਿ ਸ਼੍ਰੀ ਅਕਾਲ ਜੀ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਪੰਜਾਬੀ ਸਾਹਿਤ ਦੇ ਅਦਬ ਅਤੇ ਅਦੀਬਾਂ ਦੇ ਨਾਲ ਮੁਲਾਕਾਤਾਂ ਤੁਹਾਨੂੰ ਕਰਵਾਉਂਦੇ ਰਹੀਏ, ਜੋ ਪੰਜਾਬੀ ਸਾਹਿਤ ਦੇ ਸਰਲਤ ਆਸ਼ਿਕ ਵੀ ਨੇ ਅਤੇ ਪੰਜਾਬੀ ਸਾਹਿਤ ਦੇ ਲਈ ਲਗਾਤਾਰ ਕੰਮ ਵੀ ਕਰ ਰਹੇ ਨੇ। ਅੱਜ ਇਸੇ ਹੀ ਤਰ੍ਹਾਂ ਦੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪੰਜਾਬੀ ਕਵਿਤਾ .com ਦੇ ਸੰਚਾਲਕ ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ ਜੀ। ਜੀ ਸੋ ਜੇਕਰ ਮੈਂ ਗੱਲ ਕਰਾਂ ਪੰਜਾਬੀ ਕਵਿਤਾ .com ਦੀ, ਤਾਂ ਤੁਸੀਂ 2011 ਦੇ ਵਿੱਚ ਇਹ ਸਫ਼ਰ ਜਿਹੜਾ ਸੀ ਸ਼ੁਰੂ ਕੀਤਾ ਸੀਗਾ, ਉਸ ਵੇਲੇ ਇੱਕ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਸੀਗਾ ਉਹ 4G ਦੇ ਕਰਕੇ ਜਿਹੜਾ ਸੀਗਾ ਅਜੇ ਚੱਲਿਆ ਹੀ ਸੀਗਾ, ਉਸ ਦੌਰਾਨ ਇਹ ਜਿਹੜੀ ਤੁਸੀਂ ਵੈਬਸਾਈਟ ਬਣਾਈ। ਸੋ ਹੁਣ 2021 ਦੇ ਵਿੱਚ ਅਸੀਂ ਵਿਚਰ ਹੈਗੇ ਹਾਂ, ਸੋ ਪੂਰੇ ਇਹਨਾਂ ਸਾਲਾਂ ਦਾ ਜਿਹੜਾ ਤਜ਼ਰਬਾ ਆ ਉਹ ਕੀ ਰਿਹਾ ਆ? ਦੇਖੋ ਉਦੋਂ ਕੰਮ ਕਰਨ ਵਾਲੇ ਪੰਜਾਬੀ ਕਵਿਤਾ 'ਤੇ ਜਾਂ ਪੰਜਾਬੀ ਸਾਹਿਤ 'ਤੇ ਆਪਾਂ ਲਓ ਘੱਟ ਲੋਕ ਸੀ। ਇੱਕ ਨਾ ਪੰਜਾਬੀ 'ਚ ਕੰਮ ਕਰਨ ਵਾਲਿਆਂ ਨੂੰ ਸ਼ਾਇਦ ਥੋੜ੍ਹਾ ਜਿਹਾ ਇਹ ਵੀ ਹੈ ਵੀ ਥੋੜ੍ਹਾ ਕੰਮ ਕਰਕੇ ਵੀ ਬਹੁਤਾ ਦਿਖਾਇਆ ਜਾਵੇ, ਇਹ ਵੀ ਹੈਗਾ। ਅਤੇ ਇੱਕ ਇਹ ਵੀ ਹੈ ਵੀ ਜੋ ਅਸੀਂ ਕੰਮ ਕਰਤਾ ਉਹਨੂੰ ਕੋਈ ਦੂਜਾ ਨਾ ਛੇੜੇ। ਤੁਸੀਂ ਦੇਖੋਗੇ ਵੀ ਹੋਰ ਕਿੰਨੀਆਂ ਸਾਈਟਸ ਨੇ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਨੇ, ਕਿਤੇ ਤੁਸੀਂ ਆਪਦੀ ਆਈਡੈਂਟੀ ਦਿਓ ਜੀ, ਹੈ ਨਾ, ਅਤੇ ਕਿਤੇ ਕੁਛ ਕਰੋ ਜੀ, ਕਿਤੇ ਕੁਛ ਤਰ੍ਹਾਂ ਤਰ੍ਹਾਂ ਦਾ ਕਰਿਆ ਹੋਇਆ ਉਹਨਾਂ ਨੇ, ਹੈ ਨਾ, ਕਾਪੀ ਨਹੀਂ ਕਰਨ ਦਿੰਦੇ ਤੁਹਾਨੂੰ, ਹੈ ਨਾ। ਉਹਦੇ ਨਾਲ ਇਹ ਹੈ ਵੀ ਉਹਨਾਂ ਦੀ ਆਪਦੀ ਤਾਂ ਤਸੱਲੀ ਹੋ ਜਾਂਦੀ ਹੈ ਜੀ। ਪਰ ਜਿਹੜਾ ਪਾਠਕ ਹੈ ਜਾਂ ਜਿਹੜਾ ਵੀ ਕੋਈ ਵਿਦਵਾਨ ਹੈ ਜਾਂ ਜਿਹੜਾ ਵੀ ਕੋਈ ਖੋਜੀ ਹੈ ਉਹਨੂੰ ਉਹਦੀ ਬੜੀ ਤਕਲੀਫ ਹੁੰਦੀ ਹੈ, ਮਤਲਬ ਕਿ ਉਹਨੂੰ ਔਖਾ ਹੁੰਦਾ, ਕਿਉਂਕਿ ਜੋ ਸਾਹਮਣੇ ਪੜ੍ਹ ਕੇ ਮੰਨ ਲਓ ਉਹਨੇ ਲਿਖਣਾ ਹੀ ਹੈ ਤਾਂ ਫਿਰ ਉਹ ਕਿਤਾਬ 'ਚੋਂ ਵੀ ਲਿਖੂਗਾ, ਫਿਰ ਕਿਸੇ ਵੈਬਸਾਈਟ 'ਤੇ ਕਿਉਂ ਜਾਊਗਾ? ਸੋ ਅਸੀਂ ਸ਼ੁਰੂ ਕਰਨ ਵੇਲੇ ਇਹ ਦੇਖਿਆ, ਮੇਰੇ ਬੇਟੇ ਨੇ ਅੰਤਰਪ੍ਰੀਤ ਸਿੰਘ ਨੇ ਉਹਨੇ ਸਾਈਟਸ ਬਣਾਈਆਂ, ਬੀਟੈਕ ਕੀਤੀ ਸੀ, ਅਤੇ ਉਦੋਂ ਵੀ ਅਸੀਂ ਉਸ ਤਰ੍ਹਾਂ ਨਾਲ ਸਾਈਟ ਬਣਾਈਏ ਵੀ ਕੋਈ ਵੀ ਬੰਦਾ ਆਉਂਦਾ ਉਹਨੂੰ ਆਉਣ 'ਚ ਕੋਈ ਦਿੱਕਤ ਨਾ ਹੋਵੇ, ਉਹਨੂੰ ਕੋਈ ਚੀਜ਼ ਲੱਭਣ 'ਚ ਕੋਈ ਦਿੱਕਤ ਨਾ ਹੋਵੇ, ਇਸ ਤਰ੍ਹਾਂ ਦੀ ਇੰਡੈਕਸਿੰਗ ਕੀਤੀ ਜਾਵੇ। ਤਾਂ ਕਈ ਵਾਰੀ ਇਹ ਹੈ ਹੁਣ ਕਿਸੇ ਕਵੀ ਦੀਆਂ ਮੰਨ ਲਓ 100 ਕਵਿਤਾ, ਤਾਂ ਵੈਬਸਾਈਟ ਵਾਲੇ ਕੀ ਕਰਦੇ ਨੇ, ਉਹ ਤੁਹਾਨੂੰ 100 ਵਾਰੀ ਗੇੜੇ ਮਰਵਾਏ ਜਾਣਗੇ, ਤੁਸੀਂ ਇੱਕ 'ਤੇ ਗਏ ਫਿਰ ਦੂਜੀ 'ਤੇ ਗਏ ਫਿਰ ਤੀਜੀ 'ਤੇ ਗਏ। ਅਸੀਂ ਇਸ ਤਰ੍ਹਾਂ ਨਹੀਂ ਕੀਤਾ, ਸਾਡਾ ਇਹ ਵੀ 100 ਕਵਿਤਾਵਾਂ ਦਾ ਇੰਡੈਕਸ ਬਣਾਤਾ, ਠੀਕ ਹੈ। ਤੁਸੀਂ ਜੇ ਕੋਈ ਕਵਿਤਾ ਪੜ੍ਹਨੀ ਹੈ ਉਹਦੇ 'ਚੋਂ ਤਾਂ ਫਿਰ ਤੁਸੀਂ ਉਸੇ ਇੰਡੈਕਸ 'ਤੇ ਜਾ ਮੰਨ ਲਓ ਕਿਸੇ 'ਤੇ ਵੀ ਤੁਸੀਂ ਕਲਿੱਕ ਕਰੋਗੇ ਤੁਸੀਂ ਉਸ ਕਵਿਤਾ 'ਤੇ ਗਜ਼ਲ 'ਤੇ ਜਾਂ ਜੋ ਵੀ ਹੈ ਜਾਓਗੇ, ਠੀਕ ਹੈ। ਪਰ ਉਹਦੇ ਨਾਲ ਕੀ ਹੋਊਗਾ, ਉਹ ਜੇ ਕਿਸੇ ਕਿਤਾਬ 'ਚੋਂ ਹੈ ਉਹ ਕਿਤਾਬ ਖੁੱਲ੍ਹ ਜੂਗੀ ਸਾਰੀ, ਜੇ ਕਿਸੇ ਕਵੀ ਦੀਆਂ ਚੋਣਵੀਆਂ ਕਵਿਤਾਵਾਂ ਨੇ ਉਹ ਤਾਂ ਸਾਰੀਆਂ ਦੀਆਂ ਸਾਰੀਆਂ ਖੁੱਲ੍ਹ ਜਾਣਗੀਆਂ, ਜਾਣੀ ਤੁਹਾਨੂੰ ਦੁਬਾਰਾ ਉਹਦੇ 'ਤੇ ਸਕਰੋਲ ਪਿੱਛੇ ਆਉਣ ਦੀ ਜਾਂ ਅੱਗੇ ਜਾਣ ਦੀ ਕੋਈ ਲੋੜ ਨਹੀਂ ਹੈ। ਵੀ ਅਸੀਂ ਸਾਈਟ ਇਸ ਤਰ੍ਹਾਂ ਦੀ ਬਣਾਈ ਵੀ ਜਿਹੜੇ ਆਪਣਾ ਪਾਠਕ ਨੇ ਉਹਨਾਂ ਨੂੰ ਸੌਖ ਰਹੇ।
जी सो तुसी खुद भी एक लेखक हाँ तो कि इस तरह अपनी जिहड़ी तुहाडा अपना संग्रह बन रहा सीगा उहनू कितने कितने सामने लियाउण दे लई या इह कोई चेतक सीगी या कोई वक्खरी दिलचस्पी सी जिसने तुहानू इस पासे प्रेरिया। हाँ देखो एक चीज़ यह है भी बंदे नू किसे कम करन वास्ते जिहड़ियां गल्लां प्रेरित करदियां ने उहदे चो सब तो वड्डी गल तां इह है भी कोई भी वह कम करदा है उहदा हुंदा है भी मैनू पैसा आवे जी है ना सब तो वड्डी। अच्छा नंबर दूजे तो यह होंगे भी मैनू लोग जानन जे चलो उन्हें पैसे की भी नहीं है तो उन्होंने होगा उन्होंने लोग जानन। तीजा यह है भी जो उन्हें कोई काम किया वह काम अगे आए ठीक है। साहित्य मैं पहला भी बहुत पढ़िया सी जाने कि साइट चलाने तो पहला बहुत साइट पढ़िया हुआ साहित्य पढ़िया हुआ सी तो यह नहीं है भी कोई उस बाद पढ़िया तो उदों भी नाल दी नाल फिर पढ़ते रहे एक चीज़ चो दूजी चीज़ निकलती है ਤੁਸੀਂ ਮੰਨ ਲਓ ਤਾਂ ਕਿਸੇ ਕੋਈ ਤੁਹਾਨੂੰ ਜਿਵੇਂ ਖਵਾਜਾ ਗੁਲਾਮ ਫਰੀਦ ਜੀ ਦੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਉਹਦੀ ਇੱਕ ਸੀ ਪੀਲੂ ਪੱਕੀਆਂ ਨਹੀਂ ਵੇ ਯਾਰ ਆ ਚੁਣੂ ਰਲ ਯਾਰ ਪੀਲੂ ਪੱਕੀਆਂ ਨਹੀਂ ਸੋ ਉਹ ਤੁਸੀਂ ਕਾਫੀ ਸੁਣਦੇ ਸੀ ਹੈ ਨਾ ਅਤੇ ਇੱਕ ਉਹਨਾਂ ਦੀ ਕਾਫੀ ਸੀ ਯਾਰ ਡਾਢੀ ਇਸ਼ਕ ਆਤਿਸ਼ ਲਾਈਏ ਬਿਲਕੁਲ ਬਿਲਕੁਲ ਸੋ ਜਿਵੇਂ ਜੇਕਰ ਅਸੀਂ ਤੁਹਾਡੀ ਜ਼ਿੰਦਗੀ ਵੱਲ ਨੂੰ ਝਾਤ ਮਾਰਦੇ ਹੈਗੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਪਹਿਲਾਂ ਤੁਸੀਂ ਪ੍ਰਿੰਸੀਪਲ ਫਿਰ ਤੁਸੀਂ ਰਾਜਨੀਤੀ ਚ ਆਉਂਦੇ ਹੈਗੇ ਆ ਸਰਪੰਚੀ ਕਰਦੇ ਆ ਔਰ ਫਿਰ ਤੁਸੀਂ ਸਾਹਿਤ ਵੱਲ ਰਾਜਨੀਤੀ ਦਾ ਕਹਿੰਦੇ ਚਸਕਾ ਹੀ ਬੜਾ ਮਾੜਾ ਹੁੰਦਾ ਕਿ ਬੰਦਾ ਸਰਪੰਚ ਤੋਂ ਬਾਅਦ ਸੋਚਦਾ ਹੁਣ ਐਮ ਐਲ ਏ ਤੋਂ ਬਾਅਦ ਸੋਚਦਾ ਵੀ ਹੁਣ ਥੋੜ੍ਹਾ ਜਿਹਾ ਹੋਰ ਉੱਪਰ ਵਧਿਆ ਜਾਏ ਨੇਤਾ ਬਣਿਆ ਜਾਵੇ ਪਰ ਤੁਸੀਂ ਸਾਹਿਤ ਵੱਲ ਨੂੰ ਮੁੜ ਪਏ ਇਹਦਾ ਕੀ ਕਾਰਨ ਸੀਗਾ? ਇਹਦਾ ਇੱਕ ਤਾਂ ਇਹ ਸੀ ਵੀ ਜਦੋਂ ਤੱਕ ਕੋਈ ਤਜਰਬਾ ਨਹੀਂ ਨਾ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਜੀ ਅਸੀਂ ਆਪਣੇ ਘਰ ਬੈਠੇ ਹਾਂ ਬੜੇ ਚੰਗੇ ਹਾਂ ਅਸੀਂ ਸੋਚਦੇ ਹਾਂ ਲੋਕ ਸਾਨੂੰ ਚੰਗਾ ਸਮਝਦੇ ਹੋਣਗੇ ਹੈ ਨਾ। ਇਸ ਤਰ੍ਹਾਂ ਮੈਂ 2002 'ਚ MLA ਦੀ ਇਲੈਕਸ਼ਨ ਲੜੀ ਆਜ਼ਾਦ ਠੀਕ ਹੈ ਤਾਂ ਲੋਕਾਂ ਨੇ ਹੁਣ ਜਿਹੜੇ ਪਿੰਡ ਦਾ ਮੈਂ 15 ਸਾਲ ਸਰਪੰਚ ਵੀ ਰਿਹਾ ਉਸ 'ਚ ਉਹ ਤੋਂ ਵੀ ਮੈਨੂੰ 25% ਵੋਟਿੰਗ ਪਈਆਂ ਕਿਉਂਕਿ ਲੋਕਾਂ ਦੇ ਮਨ 'ਚ ਇਹਨੇ ਕਿਹੜਾ ਜਿੱਤਣਾ ਹੁਣ ਇਹਦਾ ਕੀ ਇਲਾਜ ਹੈ ਨਾ ਤਾਂ ਫਿਰ ਉਦੋਂ ਪਤਾ ਲੱਗ ਗਿਆ ਵੀ ਨਹੀਂ ਆਪਾਂ ਰਾਜਨੀਤੀ 'ਚ ਨਹੀਂ ਕਾਮਯਾਬ ਹੋ ਸਕਦੇ ਅਤੇ ਫਿਰ ਚਲੋ ਇਹ ਇਹਦੇ 'ਚ ਇਹ ਹੈ ਵੀ ਤੁਸੀਂ ਆਪਣੇ ਆਜ਼ਾਦ ਕੰਮ ਕਰਨਾ ਕਿਸੇ ਦਾ ਜਿੱਤ ਕੋਈ ਕਿਸੇ ਨੂੰ ਤੁਹਾਡਾ ਚੰਗਾ ਲੱਗੂਗਾ ਆਊਗਾ ਨਹੀਂ ਚੰਗਾ ਲੱਗੂਗਾ ਨਹੀਂ ਆਊਗਾ ਤੁਹਾਡੇ ਕੰਮ ਨੂੰ ਹਟਾ ਨਹੀਂ ਸਕਦਾ ਕੋਈ ਆਪਾਂ ਕਿਸੇ ਦੇ ਬਲੌਗ 'ਤੇ ਕੰਮ ਕਰਦੇ ਹਾਂ ਅਗਲੇ ਦੀ ਮਰਜ਼ੀ ਹੈ ਜਦੋਂ ਮਰਜ਼ੀ ਹਟਾ ਦੇ ਤੁਹਾਡੀ ਵੈਬਸਾਈਟ ਹੈ ਠੀਕ ਹੈ ਨਾ ਉੱਥੇ ਤੁਸੀਂ ਜੋ ਰੱਖੋਗੇ ਰੱਖੋਗੇ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਰੱਖੋਗੇ ਨਹੀਂ ਠੀਕ ਲੱਗਦਾ ਨਹੀਂ ਰੱਖੋਗੇ ਤੁਹਾਡੀ ਮਰਜ਼ੀ ਹੈ। ਸੋ ਜਦੋਂ ਇੰਨੇ ਸਾਰੇ ਕਵੀ ਜਿਹੜੇ ਸੀਗੇ ਉਹਨਾਂ ਨੂੰ ਤੁਸੀਂ ਇੱਕ ਵੈਬਸਾਈਟ ਦੇ ਉੱਤੇ ਲੈ ਕੇ ਆਉਂਦਾ ਇੱਕ ਕਲਿੱਕ ਦੀ ਦੂਰੀ 'ਤੇ ਉਹ ਸਾਡੇ ਤੋਂ ਬੈਠੇ ਹੁੰਦੇ ਨੇ ਪਰ ਅਸੀਂ ਆਪਸ 'ਚ ਵੀ ਦੇਖਦੇ ਕਦੀ ਸਾਨੂੰ ਇੰਨੇ ਕਵੀ ਕਦੀ ਇਕੱਠੇ ਨਹੀਂ ਮਿਲਣਗੇ ਨਾ ਕਦੀ ਇੰਨੀਆਂ ਕਵਿਤਾਵਾਂ ਇਕੱਠੀਆਂ ਹੋਣਗੀਆਂ ਕਦੀ ਇਹਦੇ ਉੱਤੇ ਵੀ ਕਦੀ ਕੋਈ ਕਿੰਤੂ ਪਰੰਤੂ ਹੋਇਆ ਕਿ ਮੈਂ ਇਸ ਕਵੀ ਦੇ ਹਾਣ ਦਾ ਨਹੀਂ ਤੁਸੀਂ ਆਪਣੀ ਵੈਬਸਾਈਟ 'ਤੇ ਇਹਨੂੰ ਰੱਖਿਆ ਅਤੇ ਮੈਨੂੰ ਕਿਉਂ ਰੱਖਿਆ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ। ਬੇਟੇ ਇਹ ਤੇਰਾ ਜਿਹੜਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ ਸਾਨੂੰ ਸ਼ੁਰੂ 'ਚ ਹੀ ਆਇਆ ਜੀ ਸ਼ੁਰੂ 'ਚ ਇਸ ਤਰ੍ਹਾਂ ਆਇਆ ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਗੁਰੂ ਨਾਨਕ ਦੇਵ ਜੀ ਨੂੰ ਕਵੀ ਕਿਹਾ ਜੀ ਸਾਡੇ ਜਿਹੜੇ ਹੁਣ ਮੈਂ ਨਹੀਂ ਸਮਝਦਾ ਉਹ ਕੱਟੜ ਨੇ ਜਾਂ ਕੌਣ ਨੇ ਮੈਂ ਨਹੀਂ ਕਹਿੰਦਾ ਉਹਨਾਂ ਦੀਆਂ ਕਈ ਦੀਆਂ ਈਮੇਲਸ ਆਈਆਂ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕਵੀ ਕਹਿੰਦੇ ਹੋ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਉਹਨਾਂ ਨੇ ਆਪਣੇ ਆਪ ਨੂੰ ਸ਼ਾਇਰ ਕਿਹਾ ਉਹ ਕਵੀ ਕਹਿ ਕੇ ਇਹਦੇ ਮਾਣ ਮਹਿਸੂਸ ਕਰਦੇ ਨੇ ਜੇ ਅਸੀਂ ਕਵੀ ਕਹਿਤਾ ਤਾਂ ਫਿਰ ਕੀ ਫਰਕ ਪੈ ਗਿਆ ਫਿਰ ਤੁਸੀਂ ਜੀ ਬਾਣੀ ਨੂੰ ਕਵਿਤਾ ਲਿਖੀ ਜਾਂਦੇ ਹੋ ਤੁਸੀਂ ਹੋਰ ਕਵੀਆਂ ਦੇ ਨਾਲ ਰਲਾਤਾ ਉਹਨਾਂ ਨੂੰ ਉਹ ਉੱਚੇ ਦੇਖੋ ਇੱਕ ਇਹ ਹੈ ਵੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਹੈ ਨਾ ਮੰਨ ਲਓ ਕਿਸਾਨ ਖੇਤੀ ਕਰਦਾ ਠੀਕ ਹੈ ਇੱਕ ਕੋਲੇ ਤਾਂ ਭਾਈ ਹੈਗੀ 1 ਏਕੜ ਜ਼ਮੀਨ ਇੱਕ ਕੋਲੇ ਹੈ 10 ਇੱਕ ਕੋਲੇ 100 ਹੈ ਤਾਂ 100 ਏਕੜ ਵਾਲਾ ਵੀ ਤਾਂ ਕਿਸਾਨ ਹੈ ਉਹ ਵੱਡਾ ਅਤੇ ਫਿਰ 1 ਏਕੜ ਵਾਲਾ ਵੀ ਕਿਸਾਨ ਹੈ ਉਹ ਵੱਡਾ ਉਹਨਾਂ ਨੇ ਵੱਡੀਆਂ ਗੱਲਾਂ ਕਹੀਆਂ ਨੇ ਉਹ ਵੱਡੇ ਨੇ ਤਾਂ ਪਰ ਇਹਦਾ ਮਤਲਬ ਇਹ ਨਹੀਂ ਵੀ ਦੂਸਰੇ ਉਸ ਭਾਈਚਾਰੇ 'ਚ ਰਲਣਗੇ ਨਹੀਂ ਹੁਣ ਜਿਵੇਂ ਅਸੀਂ ਹਾਂ ਮੰਨ ਲਓ ਆਪਾਂ ਕੁਛ ਵੀ ਨਹੀਂ ਹਾਂ ਆਪਾਂ ਔਲਾਦ ਤਾਂ ਗੁਰੂ ਨਾਨਕ ਦੇਵ ਜੀ ਹੋਰਾਂ ਦੀ ਹਾਂ ਹੈ ਨਾ ਜੀਨਸ ਤਾਂ ਸਾਡੇ 'ਚ ਉਹਨਾਂ ਦੀ ਨੇ ਜੇ ਹੁਣ ਅਸੀਂ ਨਹੀਂ ਭਾਈ ਉਸ ਤਰ੍ਹਾਂ ਕੰਮ ਕਰ ਰਹੇ ਫਿਰ ਇਹ ਉਹਨਾਂ ਦਾ ਥੋੜ੍ਹਾ ਕਸੂਰ ਹੈ ਵੱਡੇ ਬੰਦੇ ਨੇ ਉਹ ਵੱਡੀਆਂ ਗੱਲਾਂ ਕਰ ਗਏ ਜੇ ਉਹਨੂੰ ਕੋਈ ਨਹੀਂ ਕਰਦਾ ਤਾਂ ਫਿਰ ਮਨੁੱਖਤਾ ਹੇਠਾਂ ਨੂੰ ਜਾ ਰਹੀ ਹੈ ਜਾਈ ਜਾਵੇ ਕਿਸੇ ਨੇ ਕੀ ਲੈਣਾ ਹੁਣ ਤਾਂ ਚਲੋ ਸਾਈਟ ਉਦੋਂ ਬਾਅਦ ਕਹਾਣੀਆਂ 'ਤੇ ਵੀ ਕੰਮ ਕੀਤਾ ਅੱਜ ਕੱਲ੍ਹ ਲੇਖਾਂ 'ਤੇ ਵੀ ਕੰਮ ਕਰ ਰਿਹਾ ਹੁਣ ਤਾਂ ਉਹ ਸਾਹਿਤ ਦੀ ਸਾਈਟ ਹੋ ਗਈ ਸਾਈਟ ਸਾਡੇ ਜਿਵੇਂ ਕਹਿੰਦੇ ਨੇ ਹੱਥੋਂ ਨਿਕਲ ਗਈ ਹੁਣ ਤਾਂ ਪੰਜਾਬੀ ਸਾਹਿਤ ਦੀ ਬਣ ਗਈ ਇਕੱਲੀ ਨੌਂ ਰਹਿ ਗਿਆ ਹੁਣ ਤਾਂ ਪੰਜਾਬੀ ਕਵਿਤਾ ਬਾਕੀ ਪੰਜਾਬੀ ਸਾਹਿਤ ਦੀ ਸਾਈਟ ਹੋ ਗਈ।
ਬਿਲਕੁਲ ਬਿਲਕੁਲ ਜਿਵੇਂ ਤੁਸੀਂ ਫੈਜ਼ ਹੋਣਾ ਦੀ ਗੱਲ ਕੀਤੀ ਔਰ ਬਹੁਤ ਵਾਰ ਹੁੰਦਾ ਕਿ ਕਈ ਜਿਹੜੇ ਕਵੀ ਹੁੰਦੇ ਉਹਨਾਂ ਨੂੰ ਉਹਨਾਂ ਦੇ ਉਸ ਖੇਤਰ ਦੇ ਵਿੱਚ ਪੜ੍ਹਨ 'ਤੇ ਰੋਕ ਲਾਈ ਜਾਂਦੀ ਹੈ, ਪਾਬੰਦੀ। ਕਦੀ ਐਂ ਹੋਇਆ ਕਿ ਤੁਸੀਂ ਕੋਈ ਕਵਿਤਾਵਾਂ ਪਾ ਦਿੱਤੀਆਂ ਅਤੇ ਤੁਹਾਨੂੰ ਕਿਹਾ ਗਿਆ ਕਿ ਇਹ ਤੁਸੀਂ ਹਟਾਓ, ਇਹ ਤੁਸੀਂ ਗਲਤ ਪ੍ਰਚਾਰ ਰਹੇ ਹੈਗੇ ਆ? ਨਹੀਂ, ਇਹ ਦੇਖੋ ਪਤਾ ਕੀ ਹੈ, ਇਹ ਲੱਗਦਾ ਕਿਸੇ ਨੂੰ ਕਿ ਉਹੀ ਕੱਟੜਵਾਦ ਜਦੋਂ ਸਾਡੇ 'ਚ ਆਉਂਦਾ। ਸਾਡੀ ਸਮੱਸਿਆ ਇੱਕ ਪੁੱਤਰ, ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੀ, ਅਸੀਂ ਨਾ ਥੋੜ੍ਹਾ ਪੜ੍ਹ ਕੇ ਵਿਦਵਾਨ ਬਣ ਜਾਂਦੇ ਹਾਂ ਜੀ। ਕਿ ਹੁਣ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਕਿੰਨੇ ਲੋਕ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹੇ ਉਹ ਕੀ ਕਰਦੇ ਨੇ, ਥੋੜ੍ਹਾ ਪੜ੍ਹ ਕੇ ਫਿਰ ਉਹਦੇ 'ਤੇ ਗੱਲਾਂ ਅੱਗੇ। ਇੱਕ ਸਾਡੇ ਦਾ ਜਿਹੜਾ ਚੱਲ ਗਿਆ, ਹੁਣ ਇਹਨੂੰ ਡੇਰਾਵਾਦ ਕਹਿ ਲਓ ਜਾਂ ਜੋ ਮਰਜ਼ੀ ਲਾ ਲਓ, ਕਹਾਣੀਆਂ ਅਸੀਂ ਸ਼ਬਦਾਂ ਦੇ ਨਾਲ ਕਹਾਣੀਆਂ ਲਾ ਲਈਆਂ ਜੀ, ਫਿਰ ਉਹਦੇ ਨਾਲ ਅਰਥ ਫਿਰ ਕੁਛ ਹੋਰ ਦਾ ਹੋਰ ਬਣਾ ਦਿੰਦੇ ਹਾਂ। ਜਿਹੜੀ ਮੈਨੂੰ ਇਹ ਹੈ ਵੀ ਜੇ ਤੁਸੀਂ ਗੱਲ ਕਰਨੀ ਹੈ ਨਾ ਕਿਸੇ 'ਤੇ, ਘੱਟੋ ਘੱਟ ਤੁਸੀਂ ਉਹ ਪੜ੍ਹਿਆ ਜ਼ਰੂਰ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ। ਲੋਕ ਕੀ ਕਹਿੰਦੇ ਨੇ ਜੀ, ਇਹਦੀ ਸਮਝ ਨਹੀਂ ਲੱਗਦੀ ਜੀ। ਉਹ ਸਮਝ ਤਾਂ ਸਾਨੂੰ ਸਭ ਤੋਂ ਦੇਖੋ ਔਖੀ ਪੜ੍ਹਾਈ ਕਾਹਦੀ ਹੈ, ਅੱਜ ਔਖੀ ਜੇ ਆਪਾਂ ਲਾਈਏ ਤਾਂ ਉਹ ਮੈਡੀਕਲ ਸਾਇੰਸ ਹੈ। ਮੈਡੀਕਲ ਸਾਇੰਸ ਕਾਹਦੀ ਪੜ੍ਹਾਈ ਹੈ? ਤੁਹਾਡੇ ਆਪਣੇ ਸਰੀਰ ਦੀ। ਤੁਹਾਡਾ ਆਪਣਾ ਸਰੀਰ 24 ਘੰਟੇ ਤੁਹਾਡੇ ਨਾਲ ਹੀ ਰਹਿੰਦਾ, ਪਤਾ ਤਾਂ ਸਾਨੂੰ ਇਹਦਾ ਵੀ ਨਹੀਂ। ਜਿੰਨਾ ਸਮਝ ਲੱਗਦੀ ਹੈ ਉਨਾ ਸਹੀ ਪੜ੍ਹੋ ਸਹੀ। ਹਾਂਜੀ, ਇਹ ਆਉਂਦਾ ਕਈਆਂ ਦਾ ਆਉਂਦਾ ਵੀ ਤੁਸੀਂ ਨਾ ਜਿਵੇਂ ਹੁਣ ਰਵਿਦਾਸ ਜੀ ਦੇ ਕੰਮ ਕੀਤੇ, ਤੁਸੀਂ ਉਹਨਾਂ ਨੂੰ ਜੀ ਭਗਤ ਕਿਉਂ ਲਿਖਿਆ, ਗੁਰੂ ਨੇ ਲਿਖਿਆ? ਹੁਣ ਇਹਨਾਂ ਚੀਜ਼ਾਂ ਦੇ ਕੀ ਜਵਾਬ ਨੇ? ਮੈਂ ਜਿਹੜਾ ਜੋ ਗੁਰੂ ਗ੍ਰੰਥ ਸਾਹਿਬ 'ਚ ਆ ਗਈ, ਜਿਹੜਾ ਸਿੱਖ ਨੂੰ ਮੰਨਦਾ, ਮੈਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਸਿੱਖ ਹੈ ਉਹ ਫਿਰ ਉਹਨੂੰ ਗੁਰੂ ਇਹਨੇ ਸਾਰਿਆਂ ਦੇ ਉਹ ਲੋਕ ਛੋਟੀਆਂ ਛੋਟੀਆਂ ਗੱਲਾਂ ਕਰਦੇ ਨੇ। ਹਾਂ ਆਉਂਦਾ, ਇਹਦੇ 'ਚ ਨਿਕਲਣਾ ਪੈਂਦਾ, ਤੁਹਾਨੂੰ ਕਰਨਾ ਵੀ ਪੈਂਦਾ, ਲੋਕਾਂ ਨੂੰ ਨਹੀਂ ਚੰਗੀਆਂ ਲੱਗਦੀਆਂ, ਫਿਰ ਤੁਹਾਨੂੰ ਵੀ ਤੁਹਾਡਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਵੀ ਹਾਂ ਅਸੀਂ ਕੀ ਰੱਖਣਾ ਕੀ ਨਹੀਂ। ਚਲੋ ਸਾਡਾ ਤਾਂ ਇਹ ਹੈ ਵੀ ਲੋਕ ਸਾਹਿਤ ਨਾਲ ਜੁੜਨ, ਵਧੀਆ ਸਾਹਿਤ ਪੜ੍ਹਨ, ਹੈ ਨਾ। ਨਵੇਂ ਬੱਚਿਆਂ ਦੀਆਂ ਵੀ ਰੱਖਦੇ ਹਾਂ, ਕਈ ਵਾਰੀ ਮਿਆਰ 'ਤੇ ਨਹੀਂ ਵੀ ਉਤਰਦੀਆਂ ਤਾਂ ਵੀ ਰੱਖਦੇ ਹਾਂ। ਕਿਉਂ? ਕਿਉਂਕਿ ਨਵਿਆਂ ਤੋਂ ਹੀ ਅੱਗੇ ਪੁਰਾਣੇ ਹੋਣੇ ਨੇ। ਜਿਵੇਂ ਤੁਸੀਂ ਕਹਿੰਦੇ ਕਿ ਅਸੀਂ ਚਾਹੁੰਦੇ ਸੀ ਵੱਧ ਤੋਂ ਵੱਧ ਲੋਕ ਸਾਹਿਤ ਦੇ ਨਾਲ ਜੁੜਨ, ਘੱਟੋ ਘੱਟ ਜੇ ਉਹ ਕੁਛ ਪੜ੍ਹਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਨਾ ਲੱਗੇ ਵੀ ਕੁਛ ਹੈ ਹੀ ਨਹੀਂ ਹੈ ਸਾਡੇ ਕੋਲ, ਡਿਜੀਟਲ ਸੰਸਾਰ ਦੇ ਵਿੱਚ ਸਾਡੀ ਪੰਜਾਬੀ ਦਾ ਕੋਈ ਨਾਂ ਨਹੀਂ ਹੈ, ਇਹਦਾ ਕੋਈ ਸਾਹਿਤ ਨਹੀਂ ਹੈਗਾ, ਇੱਕ ਪਲੇਟਫਾਰਮ ਤੁਸੀਂ ਦੇ ਦਿੱਤਾ, ਕੀ ਲੱਗਦਾ ਕਿੰਨਾ ਕੁ ਉਹਦੇ ਵਿੱਚ ਤੁਸੀਂ ਸਾਰਥਕ ਹੋਏ ਆ? ਵੀ ਸਾਨੂੰ ਕਿਉਂਕਿ ਲਗਾਤਾਰ ਪਤਾ ਲੱਗੀ ਜਾਂਦਾ, ਹੁਣ ਜਿਵੇਂ 3,500 ਦੇ ਤਕਰੀਬਨ ਰੋਜ਼ ਤੁਹਾਡੇ ਕੋਲ ਬੰਦੇ ਆਉਂਦੇ ਨੇ ਪੜ੍ਹਨ ਵਾਸਤੇ, ਹੈ ਨਾ, ਸਾਰੀ ਦੁਨੀਆ ਦੇ 175 ਦੇਸ਼ਾਂ 'ਚੋਂ ਲੋਕ ਆਉਂਦੇ ਨੇ ਜੀ, ਤਾਂ ਫਿਰ ਖੁਸ਼ੀ ਤਾਂ ਮਿਲਦੀ ਹੈ ਵੀ ਹਾਂ ਲੋਕ ਪੜ੍ਹ ਰਹੇ ਨੇ। ਅੱਛਾ, ਫਿਰ ਜਦੋਂ ਕੋਈ ਜਿਵੇਂ ਸਪੋਜ਼ ਕਰੋ ਜਿਵੇਂ ਹਾਸ਼ਮ ਸੀ ਸਾਡੀ ਸੱਸੀ ਵਾਲੇ, ਉਹਨਾਂ ਦੇ ਘਰਦਿਆਂ ਨੇ ਈਮੇਲ ਕੀਤੀ, ਇਸੇ ਤਰ੍ਹਾਂ ਬਾਬੂ ਰਜ਼ਵਲੀ ਦੇ ਘਰਦਿਆਂ ਨੇ ਈਮੇਲ ਕੀਤੀ, ਫਿਰ ਅਹਿਮਦ ਨੂੰ ਲੱਗਦਾ ਨਹੀਂ ਗੁਫਾ ਆਪਣੇ ਗੁਲਾਮ ਰਸੂਲ ਜੀ ਨੇ ਜਿਨ੍ਹਾਂ ਨੇ ਯੂਸੁਫ ਜ਼ੁਲੈਖਾ ਦਾ ਅਹਿਸਨ ਉਲ ਕਸ਼ ਕਿੱਸਾ ਲਿਖਿਆ, ਉਹਨਾਂ ਦੇ ਦੋਹਤੇ ਨੇ, ਮੈਨੂੰ ਲੱਗਦਾ ਦੋਹਤੇ ਦੇ ਵੀ ਅੱਗੇ ਖਾਨਦਾਨ ਜੋ ਪੀਰ ਕਹਾਉਂਦੇ ਨੇ ਉਹ, ਅਤੇ ਹੋਣਗੇ ਵੀ ਪੀਰ, ਚਲੋ ਆਪਾਂ ਕਹਾਉਂਦੇ ਵੀ ਨਾ ਲਫਜ਼ ਕਹੋ ਅਗਲੇ ਨੂੰ ਲੱਗਦਾ। ਅਤੇ ਇਹ ਹੈ ਵੀ ਉਹਨਾਂ ਨੇ 2 ਵਾਰੀ ਈਮੇਲ ਕੀਤੀ, ਉਹ ਕਹਿੰਦੇ ਵੀ ਇੰਨਾ ਕੰਮ ਕਰਨਾ ਵੀ ਕੌਣ ਕਿਸੇ ਦਾ ਕਰਦਾ? ਮੈਂ ਕਿਹਾ ਦੇਖੋ ਮੇਰੇ ਕੋਲ ਮੈਂ ਕਿਸੇ ਦਾ ਕੰਮ ਨਹੀਂ ਕਰਦਾ। ਇੱਕ ਤਾਂ ਜਦੋਂ ਮੈਂ ਕੰਮ ਕਰਦਾ, ਜਿਹੜਾ ਤਾਂ ਮੇਰੇ ਹਾਣਦਾ ਹੈ ਮੰਨ ਲਓ, ਉਹ ਤਾਂ ਮੇਰਾ ਭਰਾ ਹੈ, ਜਿਹੜਾ ਮੇਰੇ ਤੋਂ ਵੱਡਾ ਮੰਨ ਲਓ ਪੁਰਾਣੇ ਹੋਏ ਨੂੰ, ਬਜ਼ੁਰਗ ਨੇ ਸਾਡੇ, ਅਸੀਂ ਆਪਣੇ ਬਜ਼ੁਰਗਾਂ ਦਾ ਹੀ ਕੰਮ ਕਰ ਰਹੇ ਹਾਂ, ਆਪਣੇ ਭੈਣਾਂ ਭਰਾਵਾਂ ਦਾ ਕੰਮ ਕਰ ਰਹੇ ਹਾਂ, ਜੇ ਛੋਟਿਆਂ ਦਾ ਕਰ ਰਹੇ ਹਾਂ ਆਪਣੇ ਬੱਚਿਆਂ ਦਾ ਕੰਮ ਕਰ ਰਹੇ ਹਾਂ, ਅਸੀਂ ਕਿਹੜਾ ਫਿਰ ਕਿਸੇ ਦਾ ਕੰਮ ਕਰ ਰਹੇ ਹਾਂ? ਕਿਸੇ ਦਾ ਜੇ ਆਪਾਂ ਕਿਸੇ ਦਾ ਕੰਮ ਸਮਝਾਂਗੇ, ਮੰਨ ਲਓ ਵੀ ਅਸੀਂ ਕਿਸੇ ਦਾ ਕੰਮ ਕਰ ਰਹੇ ਹਾਂ, ਫਿਰ ਨਹੀਂ ਬੰਦਾ ਕਰਦਾ, ਫਿਰ ਉਹਨੂੰ ਛੱਡ ਦੂਗਾ ਜੀ। ਕਦੇ ਤੁਹਾਨੂੰ ਲੱਗਾ ਕਿ ਕਿਸੇ ਸਾਹਿਤਕ ਮੰਚ ਤੋਂ ਜਾਂ ਇੰਨੇ ਸਾਡੇ ਜਿਹੜੇ ਸੱਭਿਆਚਾਰਕ ਕੇਂਦਰ ਬਣੇ ਹੈਗੇ ਆ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਇੱਕ ਟੀਮ ਜਾਂ ਕੋਈ ਤੁਹਾਨੂੰ ਜਿਹੜੀ ਹੈਗੀ ਆ ਇੱਕ ਤੁਹਾਡੀ ਬਾਂਹ ਬਣਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਨੀ ਚਾਹੀਦੀ ਸੀਗੀ ਇਸ ਕੰਮ ਦੇ ਵਿੱਚ? ਨਹੀਂ ਦੇਖੋ ਪਤਾ ਕੀ ਹੈ, ਮੈਂ ਸ਼ਾਇਦ ਸ਼ੁਰੂ 'ਚ ਅਸੀਂ ਇਸ ਤਰ੍ਹਾਂ ਸੋਚਦੇ ਹੋਈਏ, ਠੀਕ ਹੈ ਨਾ, ਅਤੇ ਹੁਣ ਨਹੀਂ ਹੈ, ਕਿਉਂਕਿ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ। ਮੈਨੂੰ ਜੇ ਇਸ ਕੰਮ 'ਚੋਂ ਖੁਸ਼ੀ ਮਿਲਦੀ ਹੈ, ਮੈਨੂੰ ਜੇ ਇਸ ਕੰਮ 'ਚੋਂ ਆਨੰਦ ਆਉਂਦਾ, ਹੋ ਸਕਦਾ ਦੂਜੇ ਨੂੰ ਨਾ ਆਵੇ। ਪਿਛਲੇ ਸਾਲ ਕੁ ਤੋਂ ਲੈ ਕੇ ਇੱਕ ਤਾਂ ਉਹਨਾਂ 'ਚ ਪੰਜਾਬੀ ਮਾਂ ਬੋਲੀ ਰਿਸਰਚ ਸੈਂਟਰ ਵਾਲੇ ਨੇ ਲਾਹੌਰ ਵਾਲੇ, ਉਹਨਾਂ ਨੇ ਘੱਟੋ ਘੱਟ ਸਾਨੂੰ 20 ਕਿਤਾਬਾਂ ਭੇਜੀਆਂ, ਹੈ ਨਾ, ਟਾਈਪ ਕਰਕੇ ਵੀ ਜਾਂ ਹੋਰ ਵੀ ਤੁਸੀਂ ਸਰ ਸਾਈਟ 'ਤੇ ਰੱਖੋ ਜੀ, ਹਾਂ ਉਹ ਰੱਖੀਆਂ ਜੀ। ਸੋ ਹੁਣ ਬਹੁਤ ਸਾਰੇ ਲੋਕਾਂ ਤੱਕ ਤੁਸੀਂ ਪੰਜਾਬੀ ਕਵਿਤਾ ਦੇ ਜ਼ਰੀਏ ਜਿਹੜਾ ਹੈਗੇ ਪਹੁੰਚੇ ਹਾਂ, ਹਾਲਾਂਕਿ ਹਿੰਦੀ ਕਵਿਤਾ ਜਿਹੜੀ ਵੈਬਸਾਈਟ ਆ ਉਹ ਵੀ ਜਿਹੜੀ ਹੈਗੀ ਆ ਕਾਫੀ ਪ੍ਰਚਲਿਤ ਆ ਇਸ ਵੇਲੇ, ਔਰ ਉਹ ਵੀ ਮੇਰੇ ਖਿਆਲ ਨਾਲ ਦੂਸਰੇ ਨੰਬਰ 'ਤੇ ਆ ਹਿੰਦੀ ਦੀਆਂ, ਹਾਂ ਹਿੰਦੀ ਸਾਹਿਤ 'ਚ ਦੂਜੇ ਨੰਬਰ 'ਤੇ ਚੱਲ ਜੀ। ਸੋ ਹੁਣ ਕਾਫੀ ਲੋਕਾਂ ਤੱਕ ਤੁਸੀਂ ਪਹੁੰਚ ਚੁੱਕੇ ਆ, ਪੂਰੇ 10 ਸਾਲ ਦਾ ਇਹ ਸੰਘਰਸ਼ ਰਿਹਾ ਆ ਇਸ ਸਫ਼ਰ ਦੇ ਪਿੱਛੇ ਦਾ, ਹੁਣ ਕੀ ਇੱਕ ਤੁਹਾਡਾ ਮੈਸੇਜ ਮੈਂ ਕਹਿ ਲਾਂ ਜਾਂ ਤੁਹਾਡੇ ਦਿਲ ਦੀ ਗੱਲ ਜਿਹੜੀ ਹੈ ਅੱਜ ਜਿਹੜੀ ਤੁਹਾਨੂੰ ਲੱਗਦਾ ਕਿ ਇਹ ਹੁਣ ਮੈਂ ਕਹਿਣ ਦਾ ਹੱਕਦਾਰ ਹੈਗਾ ਹਾਂ, ਉਹ ਜ਼ਰੂਰ ਤੁਸੀਂ ਕਹਿ ਸਕਦੇ ਆ? ਦੇਖੋ ਜਿੱਥੋਂ ਤੱਕ ਹੱਕਦਾਰ ਹੋਣ ਦੀ ਗੱਲ ਹੈ, ਹੈ ਨਾ, ਇਹ ਹੈ ਵੀ ਹਰ ਖੇਤਰ 'ਚ ਦੇਖੋ ਤੁਹਾਡਾ ਜਿਵੇਂ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਮੇਰੇ ਨੂੰ ਵੱਧ ਜਾਣਦੇ ਹੋ,
ਆਪਦਾ ਖੇਤਰ ਹੈ ਹਰੇਕ ਦਾ। ਜੇ ਮੈਂ ਸੋਚਾਂ ਵੀ ਮੇਰਾ ਆਪਦਾ ਖੇਤਰ ਹੈ, ਤੁਸੀਂ ਆਪਣੇ 'ਚ ਸਮਝਦੇ ਹੋ, ਪਰ ਮੈਂ ਜੋ ਕੁਛ ਇਹਦੇ 'ਚ ਸਿੱਖਿਆ, ਇੱਕ ਤਾਂ ਇਹ ਹੈ ਵੀ ਮੈਂ ਜਿਹੜੇ ਨਵੇਂ ਕੰਮ ਕਰ ਰਹੇ ਨੇ ਵੈਬਸਾਈਟਸ 'ਤੇ, ਜੇ ਨਵੇਂ ਕੰਮ ਕਰ ਰਹੇ ਨੇ, ਕੰਮ ਹੋ ਰਿਹਾ, ਇਹ ਨਹੀਂ ਵੀ ਕੰਮ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੋ ਰਿਹਾ, ਉਹਨਾਂ ਨੂੰ ਮੈਂ ਇੱਕ ਤਾਂ ਮੈਸੇਜ ਇਹ ਦਊਂਗਾ, ਉਹ ਕਾਪੀ ਕਰਦੇ ਨੇ ਠੀਕ ਹੈ, ਮੰਨ ਲਓ ਆਪਣੀ ਸਾਈਡ 'ਤੇ ਕਈਆਂ ਨੇ ਕਾਪੀ ਕਰਕੇ ਰੱਖ ਰੱਖੀ ਹੈ, ਬਲੌਗਸ 'ਤੇ ਕੰਪਲੀਟ ਦੀ ਕੰਪਲੀਟ ਰੱਖ ਲਿਆ, ਰੱਖੋ, ਮੈਂ ਨਹੀਂ ਕਹਿੰਦਾ ਕਾਪੀ ਨਾ ਕਰੋ, ਪਰ ਗੱਲ ਇਹ ਵੀ ਉਹਨੂੰ ਅੱਗੇ ਵਧਾਓ। ਬਿਲਕੁਲ, ਜਿਹੜਾ ਕੰਮ ਸਾਡੇ ਤੋਂ ਰਹਿ ਗਿਆ, ਮੇਰੀ ਦਿਲ ਦੀ ਤਮੰਨਾ ਇਹ ਹੈ, ਮੈਂ ਚਾਹੁੰਦਾ ਪੰਜਾਬੀ ਕਵਿਤਾ ਜਿਹੜੀ ਉਹ ਜਾਣੀ ਕਿ ਗੁਟਨਬਰਗ ਸਾਈਟ ਹੈ ਅੰਗਰੇਜ਼ੀ ਦੀ, ਉੱਥੇ ਤੁਹਾਨੂੰ ਇੰਗਲਿਸ਼ ਦੀ ਹਰੇਕ ਕਿਤਾਬ ਮਿਲੂਗੀ, ਪ੍ਰੋਜੈਕਟ ਗੁਟਨਬਰਗ ਤੁਸੀਂ ਖੋਲ੍ਹ ਕੇ ਦੇਖ ਲਓ, ਦੁਨੀਆ ਭਰ ਦੀ ਕੋਈ, ਮੈਂ ਚਾਹੁੰਦਾ ਵੀ ਪੰਜਾਬੀ ਦਾ, ਕਿਉਂਕਿ ਹੁਣ ਯੁੱਗ ਹੈ ਜਿਹੜਾ ਇੰਟਰਨੈਟ ਦਾ। ਇੱਕ ਮੈਂ ਤੁਹਾਨੂੰ ਵਿੱਚ ਦੀ ਹੋਰ ਗੱਲਾਂ ਦੱਸਦਾ, ਜਿਵੇਂ ਤਮਿਲ ਦੇ ਕਵੀ ਹੋਏ ਨੇ ਸੁਬ੍ਰਮਣਿਅਮ ਭਾਰਤੀ, ਗੁਰੂ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ 'ਤੇ ਜਿੰਨੀ ਕਮਾਲ ਦੀ ਪੋਇਮ ਉਹਨਾਂ ਨੇ ਲਿਖੀ ਹੈ, ਕਵਿਤਾ ਲਿਖੀ, ਮੇਰੇ ਖਿਆਲ 'ਚ ਆਪਣੇ ਨੇ ਵੀ ਨਹੀਂ ਲਿਖੀ ਤਮਿਲ ਦੇ ਵਿੱਚ। ਅਤੇ ਇਸੇ ਤਰ੍ਹਾਂ ਹਿੰਦੀ ਦੇ ਕਵੀ ਹੋਏ ਨੇ ਅਯੋਧਿਆ ਸਿੰਘ ਉਪਾਧਿਆ ਹਰੀਆਉਦ, ਉਹਨਾਂ ਦੇ ਪਿਤਾ ਸੀ ਜਾਣੀ ਕਿ ਉਹਨਾਂ ਨੇ ਅੰਮ੍ਰਿਤ ਛਕਿਆ, ਉਹ ਸਿੱਖ ਸਿੰਘ ਸਾਡੀ। ਹੁਣ ਜੇ ਪਹਿਲੇ 10 ਕਵੀ ਕਹੋ ਤੁਸੀਂ ਹਿੰਦੀ ਦੇ, ਤਾਂ ਉਹਨਾਂ 'ਚ ਅਯੋਧਿਆ ਸਿੰਘ ਉਪਾਧਿਆ ਹਰੀਆਉਦ ਦਾ ਨਾਂ ਹੈ, ਅਤੇ ਉਹਦੀ ਫੋਟੋ ਵੀ ਹੈ, ਜਿਹੜੀ ਤਸਵੀਰ ਵੀ ਆਉਂਦੀ ਹੈ, ਉਹ ਵੀ ਪੱਗ ਬੰਨ੍ਹੀ ਹੋਈ ਆ, ਉਹਦੇ ਦਾੜੀ ਰੱਖੀ ਹੋਈ ਹੈ, ਕਹੋ ਸਾਨੂੰ ਕਦੋਂ ਪਤਾ ਹੈ? ਸਾਨੂੰ ਤਾਂ ਪਤਾ ਲੱਗੇ ਨਾ ਜੇ ਅਸੀਂ ਪੜ੍ਹੀਏ। ਬਿਲਕੁਲ, ਅਸੀਂ ਅੱਗੇ ਸੋਚਣ ਦੀ ਕੋਸ਼ਿਸ਼ ਕਰੀਏ। ਮੈਂ ਇਸੇ ਤਰ੍ਹਾਂ ਰਾਮਧਾਰੀ ਸਿੰਘ ਦਿਨਕਰ 'ਤੇ ਕੰਮ ਕਰ ਰਿਹਾ ਸੀ, ਤਾਂ ਉਹਨਾਂ ਦੀ ਇੱਕ ਪੇਜ ਦੀ ਮੈਂ ਫੋਟੋ ਦੇਖੀ, ਉਹਨਾਂ ਨੇ ਰਾਮ ਵਰਿਕਸ਼ ਬੇਨੀਪੁਰੀ ਹੋਏ ਨੇ, ਹੋਰ ਹਿੰਦੀ ਦੇ ਰਾਈਟਰ ਨੇ, ਉਹਨਾਂ ਨੂੰ ਜਿਵੇਂ ਆਪਾਂ ਪ੍ਰੈਜੈਂਟ ਨਹੀਂ ਕਰਦੇ ਜਿਵੇਂ ਦੇਣ ਵੇਲੇ, ਉਹਨਾਂ ਨੇ ਉਹਦੇ ਉੱਤੇ ਪ੍ਰੈਜੈਂਟ ਕੀਤੀ ਹੋਈ ਸੀ, ਉੱਪਰ ਲਿਖਿਆ ਹੋਇਆ ਸੀ ਸਤਿ ਸ਼੍ਰੀ ਅਕਾਲ, ਹੇਠਾਂ ਆਪਦੇ ਸਾਈਨ ਕੀਤੇ ਹੋਏ ਸੀ ਰਾਮਧਾਰੀ ਸਿੰਘ ਦਿਨਕਰ। ਜਾਣੀ ਜਿਹੜੇ ਵੱਡੇ ਬੰਦੇ ਨੇ ਉਹਨਾਂ ਵਾਸਤੇ ਬੋਲੀਆਂ ਦਾ ਕੋਈ ਦਾਇਰਾ ਨਹੀਂ, ਕੋਈ ਕੁਛ ਨਹੀਂ ਹੈ, ਉਹ ਸਾਰਾ ਕੁਛ। ਸੋ ਇਹ ਸਨ ਸਾਡੇ ਨਾਲ ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ ਜੀ। ਸੋ ਲਗਾਤਾਰ punjabikavita.com ਜਿਹਦੇ ਤੋਂ ਅਕਸਰ ਹੀ ਅਸੀਂ ਜਾ ਕੇ ਕਵਿਤਾਵਾਂ ਪੜ੍ਹਦੇ ਵੀ ਹਾਂ, ਕਵਿਤਾਵਾਂ ਕਾਪੀ ਵੀ ਕਰਦੇ ਹਾਂ, ਔਰ ਅਸੀਂ ਕਿਤੇ ਨਾ ਕਿਤੇ ਬਿਨਾਂ ਸੋਚੇ ਸਮਝੇ ਵੀ ਸਾਹਿਤ ਦੇ ਨਾਲ ਜੁੜਦੇ ਹਾਂ। ਇੱਕ ਪਲੇਟਫਾਰਮ ਦਿੱਤਾ, ਇੱਕ ਡਿਜੀਟਲ ਲਾਇਬ੍ਰੇਰੀ ਦਿੱਤੀ ਹੈ ਇਹਨਾਂ ਨੇ ਸਾਨੂੰ ਸਾਰਿਆਂ ਨੂੰ। ਸੋ ਇਹਦੇ ਲਈ ਇਹ ਵਧਾਈ ਦੇ ਹੱਕਦਾਰ ਵੀ ਨੇ। ਸੋ punjabikavita.com ਤੁਹਾਡੇ ਕੋਲ ਵੀ ਇੱਕ ਪਲੇਟਫਾਰਮ ਆ, ਜੇਕਰ ਤੁਸੀਂ ਸਾਹਿਤ ਦੇ ਨਾਲ ਜੁੜਨਾ ਚਾਹੁੰਦੇ ਹੋ, ਪੰਜਾਬੀ ਦੇ ਮਹਾਨ ਕਵੀਆਂ ਨੂੰ ਜਾਣਨਾ ਚਾਹੁੰਦੇ ਹੋ, ਉਹਨਾਂ ਦੀ ਕਾਵਿ ਸ਼ੈਲੀ ਨੂੰ ਸਮਝਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ। ਅਸੀਂ ਇਸੇ ਤਰ੍ਹਾਂ ਨਾਲ ਕੋਸ਼ਿਸ਼ ਕਰਦੇ ਰਹਾਂਗੇ, ਸਾਹਿਤ ਦੇ ਅਦੀਬਾਂ ਦੇ ਤੁਹਾਨੂੰ ਰੂਬਰੂ ਕਰਵਾਉਂਦੇ ਰਹੀਏ। ਫਿਲਹਾਲ ਮੈਨੂੰ ਦਿਓ ਆਗਿਆ, ਧੰਨਵਾਦ।